ਸਤਿ ਸ਼੍ਰੀ ਅਕਾਲ। ਕੁਝ ਕਿਸਾਨ ਭਰਾਵਾਂ ਦੇ ਸੁਪਰ ਸੀਡਰ ਦੀ ਸਹੀ ਵਰਤੋਂ ਬਾਰੇ ਸਵਾਲ ਨੇ, ਜਿਨ੍ਹਾਂ ਦੇ ਜਵਾਬਾਂ ਲਈ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਕੋਲ ਚੱਲਦੇ ਹਾਂ। ਅੱਜ ਦਾ ਸਵਾਲ ਹੈ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਫਸਲ ਦੇ ਗਿਰਨੇ ਦੀ ਜ਼ਿਆਦਾ ਸਮੱਸਿਆ ਆਉਂਦੀ ਹੈ? ਸੁਪਰ ਸੀਡਰ ਜਿਹੜਾ ਹੈ ਰੋਟਾਵੇਟਰ ਨਾਲ ਜਿਹੜੀ ਅਸੀਂ ਬਿਜਾਈ ਕਰਦੇ ਸੀ ਕਣਕ ਦੀ, ਉਸ ਦਾ ਇੱਕ ਸੁਧਰਿਆ ਹੋਇਆ ਰੂਪ ਹੈ। ਸੋ ਰੋਟਾਵੇਟਰ ਨਾਲ ਜਿਹੜਾ ਬਿਜਾਈ ਕਰਦੇ ਸੀ ਉਹ ਇੱਕ ਤਰੀਕੇ ਨਾਲ ਛੱਟਾ ਦੇ ਕੇ ਬਿਜਾਈ ਕਰਨ ਵਾਲਾ ਸਿਸਟਮ ਬਣ ਜਾਂਦਾ ਸੀ। ਸੋ ਉਹਦੇ ਵਿੱਚ ਅਸੀਂ ਦੇਖਿਆ ਕਿ ਕਿਤੇ ਸਾਨੂੰ ਆਉਂਦਾ ਸੀ ਕਿ ਕਣਕ ਡਿੱਗ ਜਾਂਦੀ ਹੈ। ਸੁਪਰ ਸੀਡਰ ਦੇ ਵਿੱਚ ਜਿਹੜਾ ਹੈਗਾ ਇਹ ਸੋਧ ਹੈ ਕਿ ਇਹਦੇ ਵਿੱਚ ਜਿਵੇਂ ਡਰਿੱਲ ਵਾਂਗ ਅਸੀਂ ਕਤਾਰਾਂ ਦੇ ਵਿੱਚ ਬਿਜਾਈ ਕਰਦੇ ਹਾਂ। ਸੋ ਕਤਾਰ ਤੋਂ ਕਤਾਰ ਦੇ ਫਾਸਲੇ 'ਤੇ ਬਿਜਾਈ ਹੁੰਦੀ ਹੈ ਔਰ ਇੱਕ ਬੀਜ ਜਿਹੜਾ ਹੈ ਇੱਕ ਨਿਸ਼ਚਿਤ ਡੂੰਘਾਈ ਦੇ ਉੱਪਰ ਜਿਹੜਾ ਸੁੱਟਿਆ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਸੁਪਰ ਸੀਡਰ ਦੇ ਵਿੱਚ ਜਿਹੜਾ ਹੈਗਾ ਕਣਕ ਦੇ ਡਿੱਗਣ ਦੀ ਸਮੱਸਿਆ ਜਿਹੜੀ ਹੈ ਉਹ ਨਹੀਂ ਆਉਂਦੀ ਹੈ। ਤਾਂ ਕਿਸਾਨ ਭਰਾਵੋ, ਹੁਣ ਤੁਹਾਨੂੰ ਪਤਾ ਲੱਗਿਆ ਕਿ ਸੁਪਰ ਸੀਡਰ ਦੀ ਵਰਤੋਂ ਕਿੰਨੀ ਆਸਾਨ ਹੈ, ਤਾਂ ਬੇਝਿਜਕ ਇਸ ਦੀ ਵਰਤੋਂ ਕਰੋ। ਤਾਂ ਪਤੇ ਦੀ ਗੱਲ ਇਹ ਹੈ, ਪਰਾਲੀ ਨਾ ਜਲਾਏ ਜੋ ਸਭ ਤੋਂ ਸਮਝਦਾਰ ਹੋ। ਜੇ ਤੁਹਾਡਾ ਕੋਈ ਸਵਾਲ ਹੈ ਤਾਂ ਕਾਲ ਕਰੋ 1880-1551 ਤੇ। ਪੰਜਾਬ ਸਰਕਾਰ ਵੱਲੋਂ ਜਨਹਿਤ ਵਿੱਚ ਜਾਰੀ।